ਜੀ ਅੱਜ ਤਾਂ ਭਾਰਤ ਸਰਕਾਰ ਦੇ ਫੈਸਲੇ ਦੇ ਨਾਲ ਯਾਰ ਮਨ ਖੁਸ਼ ਹੋ ਗਿਆ। ਸੋ ਜੀ ਦੱਸਣ ਜਾ ਰਿਹਾ ਤੁਹਾਨੂੰ ਤੁਸੀਂ ਵੀ ਜਿਹੜਾ ਉਹ ਖੁਸ਼ ਹੋ ਜਾਣਾ ਆ। 70 ਸਾਲ ਤੋਂ ਜਿਹੜੇ ਪਲੱਸ ਲੋਕ ਆ ਸਾਰੇ ਲੋਕਾਂ ਨੂੰ ਮਿਲੇਗਾ ਆਯੂਸ਼ਮਾਨ ਯੋਜਨਾ ਦਾ ਲਾਭ। 5 ਲੱਖ ਤੱਕ ਮੁਫਤ ਇਲਾਜ ਤੇ ਸਾਢੇ 4 ਕਰੋੜ ਪਰਿਵਾਰ ਆਣਗੇ। ਭਾਜਪਾ ਨੇ ਘੋਸ਼ਣਾ ਪੱਤਰ ਦੇ ਵਿੱਚ ਵਾਅਦਾ ਕੀਤਾ ਸੀ। ਸੋ ਜੀ ਕੇਂਦਰ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਜਿਹੜਾ ਉਹ ਜਿਹੜਾ ਹੋਰ ਵਿਸਤਾਰ ਦੇ ਦਿੱਤਾ ਆ ਤੇ 70 ਸਾਲ ਤੋਂ ਉੱਪਰ ਦੇ ਸਾਰੇ ਬਜ਼ੁਰਗਾਂ ਨੂੰ ਜਿਹੜਾ ਇਸ ਯੋਜਨਾ ਦਾ ਲਾਭ ਮਿਲੇਗਾ ਇਹਦੇ ਤਹਿਤ ਹਰ ਸਾਲ 5 ਲੱਖ ਰੁਪਏ ਤੱਕ ਇਲਾਜ ਮੁਫਤ ਕਰਵਾਇਆ ਜਾ ਸਕਦਾ ਹੈ ਉਧਵਾਰ ਨੂੰ ਮੋਦੀ ਕੈਬਨਿਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਦੇ ਮੁਤਾਬਕ 6 ਕਰੋੜ ਸਿਨਰ ਸਿਟੀਜ਼ਨਸ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਕਿ ਦੇਸ਼ ਦੇ ਕਰੀਬ 4.5 ਕਰੋੜ ਪਰਿਵਾਰ ਸ਼ਾਮਲ ਹੋਣਗੇ ਤੇ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਆਪਣੇ ਘੋਸ਼ਣਾ ਪੱਤਰ ਦੇ ਵਿੱਚ ਇਹ ਵਾਅਦਾ ਕੀਤਾ ਸੀ ਸੋ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਟਮ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਯੋਜਨਾ ਦੇ ਲਈ 3437 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਵੇਂ ਜਿਵੇਂ ਲੋਕ ਇਸ ਯੋਜਨਾ ਦੇ ਨਾਲ ਜੁੜਨਗੇ ਇਸ ਦਾ ਦਾਇਰਾ ਵਧਾਇਆ ਜਾਏਗਾ ਸਰਕਾਰ ਨੇ ਕਿਹਾ ਕਿ 70 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਸਾਰੇ ਬਜ਼ੁਰਗ ਚਾਹੇ ਉਹਨਾਂ ਦੀ ਆਰਥਿਕ ਸਥਿਤੀ ਜਿਵੇਂ ਦੀ ਵੀ ਹੋਵੇ ਮਤਲਬ ਚਾਹੇ ਪੈਸਾ ਹੈਗਾ ਚਾਹੇ ਨਹੀਂ ਹੈਗਾ ਉਹਨੂੰ ਇਸ ਯੋਜਨਾ ਦਾ ਫਾਇਦਾ ਜਿਹੜਾ ਉਹ ਮਿਲੇਗਾ ਉਹਨਾਂ ਦੇ ਲਈ ਨਵਾਂ ਅਲੱਗ ਕਾਰਡ ਜਿਹੜਾ ਉਹ ਜਾਰੀ ਕੀਤਾ ਜਾਏਗਾ ਅਗਰ ਕੋਈ ਬਜ਼ੁਰਗ ਪਹਿਲਾਂ ਤੋਂ ਕਿਸੇ ਹੈਲਥ ਇੰਸ਼ੋਰੈਂਸ ਦੀ ਯੋਜਨਾ ਦਾ ਫਾਇਦਾ ਲੈ ਰਹੇ ਆ ਤੇ ਉਹਨਾਂ ਨੂੰ ਆਪਣੀ ਮੌਜੂਦ ਯੋਜਨਾ ਜਾਂ ਫਿਰ ਆਯੂਸ਼ਮਾਨ ਭਾਰਤ ਸਕੀਮ ਨੂੰ ਜਿਹੜਾ ਉਹ ਉਹ ਦੋਨਾਂ ਚ ਜਿਹਨੂੰ ਮਰਜ਼ੀ ਉਹ ਚੁਣ ਸਕਦੇ ਆ ਸੋ 34 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਕੋਲ ਆਯੁਸ਼ਮਾਨ ਕਾਰਡ ਸੋ ਬਹੁਤ ਸਾਰੇ ਮੇਰੇ ਜਾਣਨ ਵਾਲਿਆਂ ਨੇ ਵੀ ਜਿਹੜਾ ਜਿਹੜਾ ਇਲਾਜ ਕਰਾਇਆ ਇਹਦੇ ਤੋਂ ਮੈਨੂੰ ਪਤਾ ਆ ਤੇ ਜਿਹੜੀਆਂ ਚੀਜ਼ਾਂ ਅੱਖੀ ਦੇਖੀਆਂ ਹੁੰਦੀਆਂ ਉਹ ਪਤਾ ਹੁੰਦੀਆਂ ਨੇ ਜੀ ਸੋ ਦੇਸ਼ ਭਰ ਦੇ ਵਿੱਚ 30174 ਹਸਪਤਾਲ ਆਯੁਸ਼ਮਾਨ ਯੋਜਨਾ ਦੇ ਨਾਲ ਜੁੜੇ ਆ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ 5.11 ਕਰੋੜ ਲੋਕਾਂ ਦੇ ਕੋਲ ਹੈ ਆਯੁਸ਼ਮਾਨ ਕਾਰਡ ਐਮਪੀ ਚ 4.0 ਤੋਂ ਕਰੋੜ ਲੋਕਾਂ ਕੋ 6 ਕਰੋੜ ਤੋਂ ਜ਼ਿਆਦਾ ਲੋਕ ਮੁਫਤ ਇਲਾਜ ਕਰਾ ਚੁੱਕੇ ਆ ਸੋ ਗ੍ਰਾਮੀਣ ਖੇਤਰ ਦੇ ਵਿੱਚ ਰਹਿਣ ਵਾਲੇ ਬਣਵਾ ਸਕਦੇ ਆ ਅਨੁਸੂਚਿਤ ਜਾਤੀ ਜਾਂ ਜਨਜਾਤੀ ਆਦੀਵਾਸੀ ਗਰੀਬੀ ਰੇਖਾ ਦੇ ਨੀਚ ਕਲੇ ਲੋਗ ਅਸੰਗਠਿਤ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਵਿੱਚ ਕੋਈ ਦਿਵਿਆਂਗ ਹੋਵੇ ਸੋ ਜਿਹੜੇ ਨਹੀਂ ਲੈ ਸਕਦੇ ਫਾਇਦਾ ਉਹ ਹੈਗੇ ਆ ਜੀ ਸੰਗਠਿਤ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਜਿਨ੍ਹਾਂ ਦਾ ਪੀਐਫ ਕੱਟਦਾ ਆ ਸਰਕਾਰੀ ਕਰਮਚਾਰੀ ਜਿਨ੍ਹਾਂ ਦੇ ਕੋਲ ਪੱਕਾ ਮਕਾਨ ਤੇ ਗੱਡੀ ਆ ਜੀਐਸਆਈ ਦੇ ਸਦਸਿਆ ਇਨਕਮ ਟੈਕਸ ਦੇਣ ਵਾਲੇ ਸੋ 2017 ਦੇ ਵਿੱਚ ਜਿਹੜੀ ਇਹ ਸ਼ੁਰੂਆਤ ਕੀਤੀ ਸੀ ਇਸ ਯੋਜਨਾ ਦੇ ਵਿੱਚ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਕਵਰ ਹੁੰਦੀਆਂ ਆ ਤੇ ਕਿਸੇ ਵੀ ਬਿਮਾਰੀ ਦੇ ਵਿੱਚ ਹਸਪਤਾਲ ਦੇ ਵਿੱਚ ਐਡਮਿਟ ਹੋਣ ਤੋਂ ਪਹਿਲਾਂ ਤੇ ਬਾਅਦ ਦੇ ਖਰਚੇ ਦੇ ਵਿੱਚ ਕਵਰ ਹੁੰਦੇ ਆ ਸੋ ਟਰਾਂਸਪੋਰਟ ਦੇ ਉੱਤੇ ਹੋਣ ਵਾਲਾ ਖਰਚੇ ਦੇ ਵਿੱਚ ਕਵਰ ਹੁੰਦਾ ਹੈ ਸਾਰੀ ਮੈਡੀਕਲ ਜਾਂਚ ਆਪਰੇਸ਼ਨ ਇਲਾਜ ਵਰਗੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਆ ਤੇ 5 ਕਰੋੜ ਕਰੋੜ ਤੋਂ ਜ਼ਿਆਦਾ ਲੋਕ ਇਲਾਜ ਕਰਾ ਚੁੱਕੇ ਸੋ ਮੈਂ ਤਾਂ ਜੀ ਹਸਪਤਾਲ 'ਚ ਤੁਹਾਨੂੰ ਪਤਾ ਵੀ ਮਦਰ ਦੇ ਕਰਕੇ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ ਆ ਮੈਂ ਬੜੇ ਲੋਕ ਦੇਖੇ ਜਿਹੜੇ ਇਸ ਸਕੀਮ ਦੇ ਤਹਿਤ ਇਲਾਜ ਕਰਾਉਂਦੇ ਆ ਤੇ ਬੜੇ ਜਿਹੜੇ ਉਹ ਖੁਸ਼ੀ-ਖੁਸ਼ ਆਪਣੇ ਘਰ ਜਾਂਦੇ ਆ ਸੋ ਚੈੱਕ ਕਰ ਲਿਓ ਜੀ